ਸਿਕਾਲੀ ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਟੇਸ਼ਨ ਤੇ ਮੈਂ ਜੱਸੀ ਬੜਾਇਆ ਸੋ ਦੋਸਤੋ ਅਕਸਰ ਕਹਿੰਦੇ ਆਂਦੇ ਨੇ ਸੋਹਣੀਆਂ ਕੁੜੀਆਂ ਸੈਲੂਨ ਚ ਮਿਲਦੀਆਂ ਨੇ ਸਾਡੇ ਨਾਲ ਬਹੁਤ ਹੀ ਖੂਬਸੂਰਤ ਜੀ ਕੁੜੀ ਜਪ ਜੀ ਕਹਿੰਦਾ ਮੌਜੂਦ ਹੈ ਮੈਂ ਸਤਿ ਸ਼੍ਰੀ ਅਕਾਲ ਜੀ ਇਹ ਕੀ ਲਾਈਨ ਹੋਈ ਵੀ ਸੋਹਣੀਆਂ ਕੁੜੀਆਂ ਨਹੀਂ ਸੈਲੂਨ ਚ ਆਦਾ ਨਾ ਵੀ ਜਦ ਤੋ ਸੋਹਣੀਆਂ ਆਉਂਦੀਆਂ ਨੇ ਸੋਹਣੀਆਂ ਹੋਣ ਵਾਸਤੇ ਆਉਂਦੀਆਂ ਨੇ ਮਾਈ ਗੋਡ ਅੱਛਾ ਠੀਕ ਹੈ ਜੀ ਠੀਕ ਹੈ ਬਹੁਤ ਸੋਹਣੇ ਲੱਗ ਰਹੇ ਹੋ ਨਾ ਮੈਂ ਮੈਨੂੰ ਯਾਦ ਆਇਆ ਕਹਿੰਦਾ ਮੈਂ ਪੱਕਾ ਨਜ਼ਰ ਲਾ ਦੇਣੀ ਸੀ ਜੇ ਪਾਇਆ ਸੂਟ ਕਾਲਾ ਨਾ ਹੁੰਦਾ ਮੈਂ ਕੁਝ ਨਹੀਂ ਬੋਲਣਾ ਸੀ ਜੇ ਹੁਸਨ ਇੰਨਾ ਵਾਲਾ ਨਾ ਹੁੰਦਾ ਨਾ ਜਿਨ੍ਹਾਂ ਦਾ ਬੁੱਲਾਂ ਤੇ ਹੁਸਨ ਜਿਨ੍ਹਾਂ ਦਾ ਫੁੱਲਾਂ ਤੇ ਕਹਿ ਨਾ ਤਾਂ ਜਿਨ੍ਹਾਂ ਤੇ ਪਹਿਰਾ ਤਾਰੀਫ ਤਾਂ ਕਰਨੀ ਬਣ ਕੇ ਜਦ ਹੋਵੇ ਨਾ ਜਪਜੀ ਕਹਿ ਰਹੇ ਓ ਮਾਈ ਗੋਡ ਵਾਓ ਥੈਂਕ ਯੂ ਵੈਰੀ ਨਾਈਸ ਸਭ ਤੋਂ ਪਹਿਲਾਂ ਸਲੂਨ ਦੀ ਓਪਨਿੰਗ ਹੋਈ ਹੈ ਨਾ ਵੀ ਥੋੜਾ ਸਲੂਨ ਦੇ ਬਾਰੇ ਦੱਸੋ ਸਾਡੇ ਬਹੁਤ ਹੀ ਰਿਸਪੈਕਟਡ ਸਰ ਮਨਦੀਪ ਸਰ ਉਹਨਾਂ ਨੇ ਇਹ ਬਹੁਤ ਹੀ ਪਿਆਰਾ ਜਿਹਾ ਸਲੂਨ ਖੋਲਿਆ ਤੇ ਮੋਹਾਲੀ ਦੇ ਵਿੱਚ ਬੀ ਸਲੂਨ ਤੇ ਉਹਨਾਂ ਨੂੰ ਬਹੁਤ ਸਾਰੀਆਂ ਅਸੀਂ ਬੈਸਟ ਵਿਸ਼ਿਜ਼ ਦੇਣ ਆਏ ਹਾਂ ਉਹਨਾਂ ਨੂੰ ਸਪੋਰਟ ਕਰਨ ਆਏ ਹਾਂ ਔਰ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਹੈ ਬਿਜ਼ਨਸ ਇਹ ਬਹੁਤ ਹੀ ਯੂ ਨੋ ਉੱਚੀਆਂ ਹਾਈਟਸ ਅਚੀਵ ਕਰੇ ਤੇ ਉਹਨਾਂ ਨੇ ਆਲਰੇਡੀ ਇੰਨੀਆਂ ਸੋਹਣੀਆਂ ਫਿਲਮਾਂ ਕੀਤੀਆਂ ਪੰਜਾਬੀ ਇੰਡਸਟਰੀ ਨੂੰ ਅਤੇ ਆਮ ਸ਼ੋਰ ਹੁਣ ਬਹੁਤ ਇਸ ਬਿਜ਼ਨਸ ਦੇ ਵਿੱਚ ਵੀ ਉਹ ਜਿਹੜੇ ਸਰਵਿਸਿਜ ਨੇ ਉਹ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਪ੍ਰੋਵਾਈਡ ਕਰਨਗੇ ਵਿਦ ਦ ਹੈਲਪ ਆਫ ਜਿਹੜਾ ਇੰਨਾ ਹੈਲਪਫੁਲ ਔਰ ਇੰਨਾ ਫਰੈਂਡਲੀ ਸਟਾਫ ਹੈਗਾ ਇਹਨਾਂ ਦਾ ਔਰ ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੇ ਪਰ ਜ਼ਰੂਰ ਟਰਾਈ ਕਰੋ ਅੱਛਾ ਨਾ ਮੈਂ ਇੱਕ ਚੀਜ਼ ਕਹੂੰਗਾ ਕਿ ਤੁਹਾਡੀ ਜਿਹੜੀ ਨੈਚੁਰਲ ਬਿਊਟੀ ਹੈ ਨਾ ਸੱਚੀ ਇਹ ਪੰਜਾਬ ਦੀ ਇੱਕ ਘੈਂਟ ਕੁੜੀ ਹੈ ਨਾ ਤੇ ਕੁਝ ਵੀ ਤੁਹਾਡਾ ਮਨ ਜਿੱਦਾਂ ਹੈਗੀ ਵੀਡੀਓ ਉਦਾਂ ਹੀ ਆ ਨਾ ਅੱਜ ਮਤਲਬ ਵੀ ਸੋਚ ਕੇ ਆਏ ਤੁਸੀਂ ਵੀ ਤਾਰੀਫ ਕਰਨੀ ਕਰਨੀ ਆ ਹਾਂ ਤੇ ਕੁਐਸਚਨ ਕੀ ਸੀ ਤੁਹਾਡਾ ਮੈਂ ਤਾਰੀਫ ਕਿ ਕਰਨੀ ਤੁਸੀਂ ਸੱਚੀ ਤੁਹਾਡੀ ਨੈਚੁਰਲ ਬਿਊਟੀ ਹੈ ਨਾ ਜੇ ਜਦੋਂ ਸਲੂਨ ਦਾ ਨਾਮ ਹੁੰਦਾ ਤਾਂ ਤੁਹਾਡੇ ਕੀ ਜਾਇੰਸ ਹੁੰਦਾ ਵੀ ਕਿਹੜੀ ਤੁਸੀਂ ਜਿਹੜਾ ਫੈਸਿਲਿਟੀ ਲੈਣੀ ਸਲੂਨ ਸੈਟ ਜ਼ਿਆਦਾਤਰ ਹੈਡ ਮਸਾਜ ਹੀ ਹੁੰਦੀ ਆ ਰਿਲੈਕਸੇਸ਼ਨ ਵਾਸਤੇ ਹੈ ਨਾ ਕਿਉਂਕਿ ਸਟ੍ਰੈਸ ਲੈਵਲ ਕਾਫੀ ਹਾਈ ਹੁੰਦਾ ਆ ਤੋ ਫਿਰ ਇਹੀ ਹੁੰਦਾ ਕਿ ਥੋੜੀ ਮਸਾਜ ਲੈ ਕੇ ਥੋੜਾ ਰਿਲੈਕਸ ਹੋ ਕੇ ਤੇ ਰਿਫਰੈਸ਼ ਹੋ ਕੇ ਕਰ ਜਾਈਏ ਵੈਸੇ ਹੋਰ ਵੀ ਇੰਨੀ ਬਿਊਟੀ ਨੂੰ ਬਿਊਟੀ ਹੋਰ ਦੇ ਮੂਡ ਹੁੰਦਾ ਕੀ ਹੈ ਨਾ ਪਹਿਲੀ ਇੰਨੇ ਸੋਹਣੇ ਦੋ ਹੋਰ ਕਿਤੇ ਕੀ ਕਰ ਸਕਦਾ ਅੱਜ ਤਰੀਫ ਬਹੁਤ ਜ਼ਿਆਦਾ ਹੋ ਰਹੀ ਆ ਆਪਣੇ ਆਪ ਹੀ ਨਿਕਲ ਰਹੀ ਹੈ ਮੈਂ ਕਰ ਨਹੀਂ ਰਿਹਾ ਨਿਕਲ ਰਹੀ ਹੈ ਥੈਂਕ ਯੂ ਸੋ ਮਚ ਬਾਕੀ ਹੋਰ ਸਰਵਿਸਿਜ਼ ਹੁੰਦੀਆਂ ਜਿੱਦਾਂ ਫੇਸ਼ੀਅਲ ਵਗੈਰਾ ਹੋ ਗਿਆ ਹੈ ਨਾ ਪੈਡੀਕਿਊਰ ਇਹ ਤਿੰਨ ਚੀਜ਼ਾਂ ਮੈਂ ਜ਼ਿਆਦਾ ਕਰਦੀ ਹਾਂ ਇੰਜੋਏ ਸ਼ਾਪਿੰਗ ਕਰਨਾ ਤੁਹਾਨੂੰ ਕਿੰਨਾ ਸ਼ੌਕ ਆ ਬਹੁਤ ਜ਼ਿਆਦਾ ਸ਼ੌਕ ਆ ਆਈ ਐਮ ਅ ਸ਼ੌਪਹੋਲਿਕ ਮਤਲਬ ਇੱਕ ਟਾਈਮ ਸੀਗਾ ਮੈਂ ਡਿਕਟਡ ਸੀਗੀ ਲਾਈਕ ਯੂ ਨੋ ਅੱਛਾ ਐਂਡ ਬਹੁਤ ਜ਼ਿਆਦਾ ਸ਼ਾਪਿੰਗ ਕਰਦੀ ਬਟ ਹੁਣ ਮੈਨੂੰ ਲੱਗਦਾ ਮੈਂ ਥੋੜੀ ਸੁਧਰ ਗਈ ਆ ਆਈ ਥਿੰਕ ਕੋਵਿਡ ਤੋਂ ਬਾਅਦ ਵੈਸੇ ਵੀ ਕਾਫੀ ਲੋਕ ਜਿੰਨਾ ਚ ਇਦਾਂ ਦੀਆਂ ਹੈਬਿਟਸ ਹੋ ਗਈਆਂ ਸੁਧਰ ਕੇ ਹੋਣਗੇ ਕਿਉਂਕਿ ਯੂ ਨੋ ਇੱਕ ਚੀਜ਼ ਸਿੱਖ ਲਈ ਆ ਕਿ ਯੂ ਨੋ ਇਹੀ ਸਾਰਾ ਕੁਛ ਨਹੀਂ ਹੁੰਦਾ ਮੈਂ ਕੋਸ਼ਿਸ਼ ਕਰਦੀ ਹਾਂ ਮਟੀਰੀਅਲਿਸਟਿਕ ਚੀਜ਼ਾਂ ਥੋੜ੍ਹਾ ਦੂਰ ਰਹਿ ਜਾਵੇ ਪਦਾਰਥਾਂ ਤੋਂ ਇਹ ਉਹ ਜਿੰਨੇ ਘੱਟ ਹੋਣ ਉਹਨਾਂ ਹੀ ਚੰਗਾ ਆ ਬਟ ਸ਼ੋਪਿੰਗ ਮੈਂ ਬਹੁਤ ਕਰਦੀ ਰਹੀ ਹਾਂ ਅਜੇ ਵੀ ਹੈ ਕਦੇ ਕਦੇ ਜਾਗਰਣ ਦਾ ਉਹ ਕੀੜਾ ਬਟ ਅੱਛਾ ਇਦਾਂ ਹੁੰਦਾ ਨਾ ਜੀ ਸ਼ੋਪਿੰਗ ਕਰਦੇ ਆ ਨਾ ਸਾਨੂੰ ਇਦਾਂ ਵੀ ਚੱਲ ਕਿਤੇ ਡਿਸਕਾਊਂਟ ਹੋ ਗਿਆ ਸੀ ਉੱਥੇ ਚੱਲੀਏ ਤੁਹਾਨੂੰ ਵੀ ਇਦਾਂ ਤੁਸੀਂ ਸਰਚ ਕਰ ਦੋ ਵੀ ਸੇਲ ਲੱਗੀ ਸੀ ਉੱਥੇ ਚਲੋ ਕੁਝ ਸੇਲ ਲੱਗੀ ਆ ਚਲੋ ਕੋਈ ਚੀਜ਼ ਲੈ ਲਈਏ ਆ ਹੁੰਦਾ ਹੈ ਕਈ ਵਾਰੀ ਵਾਈ ਨਾਟ ਜਿਹੜੀ ਚੀਜ਼ ਤੁਹਾਨੂੰ ਸੇਲ ਦੇ ਮਿਲ ਜਾਂਦੀ ਉਹਦੇ ਫੁੱਲ ਪੈਸੇ ਕਿਉਂ ਪੇ ਕਰੋਗੇ ਤੁਸੀਂ ਕਮਲੇ ਹੋ ਮਤਲਬ ਰੱਬ ਨੇ ਦਿਮਾਗ ਦਿੱਤਾ ਆ ਜਿਹੜੀ ਚੀਜ਼ ਤੁਹਾਨੂੰ ਸੇਲ ਤੇ ਮਿਲ ਰਹੀ ਉਹ ਤਾਂ ਤੁਸੀਂ ਫੁੱਲ ਪ੍ਰਾਈਸ ਕਿਉਂ ਪੇ ਕਰੋਗੇ ਹੈ ਨਾ ਤੇ ਹਾਂ ਕਦੀ ਕਦੀ ਹੁੰਦਾ ਆ ਕਿਸ ਕੀ ਗੱਲ ਕਿਆ ਹੁੰਦਾ ਇਹ ਇਹ ਵੀ ਇਦਾਂ ਡਿਸਕਾਊਂਟ ਮੰਗਦੇ ਆ ਕੋਈ ਵੱਡੀ ਗੱਲ ਨਹੀਂ ਅੱਛਾ ਤੁਸੀਂ ਕਮੈਂਟ ਪੜ੍ਹਦੇ ਹੋ ਮੈਂ ਹੁਣੇ ਮੈਨੂੰ ਯਾਦ ਆਇਆ ਨਾ ਤੁਹਾਡੀ ਜਦੋਂ ਤੁਸੀਂ ਇੱਕ ਭਾਈ ਸੀ ਨਾ ਥੱਲੇ ਲੋਕਾਂ ਨੇ ਬਹੁਤ ਪਿਆਰੀ ਕਮੈਂਟ ਕੀਤੇ ਹੋਏ ਸੀ ਕਹਿੰਦੇ ਵੈਰੀ ਬਿਊਟੀਫੁਲ ਜੱਕੂ ਅੱਛਾ ਹਾਂ ਇਹਨੇ ਮਤਲਬ ਇਹ ਕਿਤਾ ਤੁਸੀਂ ਤਾਂ ਨਹੀਂ ਨਾ ਮੈਂ ਨਹੀਂ ਕੀਤਾ ਮੈਂ ਤਾਂ ਪੜ੍ਹੀ ਸੀ ਉਹੀ ਕਮੈਂਟ ਦੇ ਗੱਲ ਹੋਈ ਆ ਹਾਂ ਜਾਂ ਤਾਂ ਹੋਰ ਤਿੰਨ ਚਾਰ ਗਣਾਉਂਦੇ ਤੇ ਮੈਂ ਮੰਨ ਲੈਂਦੀ ਨਹੀਂ ਮੈਂ ਮੇਰੇ ਯਾਦ ਹੀ ਰਹਿ ਗਿਆ ਮੈਂ ਪੜ੍ਹੀ ਕਾਫੀ ਸੀ ਮੇਰੇ ਕੋਲ ਯਾਦ ਰਹਿ ਗਿਆ ਖਾਣਾ ਮਤਲਬ ਇੰਨੇ ਲੋਕ ਨਾ ਪਿਆਰ ਕਰਦੇ ਸੱਚੀ ਤੇ ਕੀ ਮੈਂ ਕਦੇ ਕਮੈਂਟ ਪੜ੍ਹਦੀ ਹਾਂ ਤੁਸੀਂ ਰੀਡ ਕਰਦੇ ਹੋ ਕਿਤੇ ਵੈਰੀ ਗੁੱਡ ਕੁਐਸਚਨ ਮੈਂ ਨਹੀਂ ਪੜ੍ਹਦੀ ਤੇ ਨਹੀਂ ਬਟ ਕਦੀ ਕਦੀ ਪੜ੍ਹ ਲੈਂਦੀ ਕਦੀ ਕਦੀ ਰੈਂਡਮਲੀ ਅਗਰ ਕਿਸੇ ਪੋਸਟ ਤੇ ਜਾ ਕੇ ਮੇਰਾ ਮਨ ਕੀਤਾ ਤੇ ਮੈਂ ਪੜ੍ਹ ਲੈਂਦੀ ਬਟ ਜ਼ਿਆਦਾ ਨਹੀਂ ਪਹਿਲਾਂ ਕਈ ਵਾਰ ਵਿੱਚੋਂ ਮੈਂ ਰਿਸਪੋਂਡ ਵੀ ਕਰਦੀ ਹੁੰਦੀ ਹਾਂ ਕਮੈਂਟਸ ਤੇ ਪਰ ਇਹ ਰੈਗੂਲਰ ਰੂਟੀਨ ਨਹੀਂ ਹੈ ਕਿ ਮੈਂ ਜਾ ਕੇ ਉਹ ਪੜ੍ਹਨੀ ਪੜ੍ਹਨੀ ਹਾਂ ਕਦੀ ਕਿਤੇ ਕੀਤਾ ਜਦੋਂ ਫ੍ਰੀ ਟਾਈਮ ਮਿਲੇ ਮੈਂ ਰਿਪਲਾਈ ਵੀ ਕਰ ਦਿੰਦੀ ਹਾਂ ਸੋ ਮੈਂ ਅਸੀਂ ਨਾਲ ਦੀ ਉਹ ਬੈਸਟ ਵਿਸ਼ੇ ਦਿਨਵਾਗੇ ਨਾ ਮਾਨ ਵਰਸਸ ਖਾਨ ਦਾ ਬਹੁਤ ਕਮਾਲ ਦੀ ਤੁਸੀਂ ਫਿਲਮ ਲੈ ਕੇ ਆ ਰਹੇ ਸੋ ਕਿੱਦਾਂ ਦੀ ਫੀਲਿੰਗ ਉਹ ਤੇ ਜੀ ਪਹਿਲਾਂ ਬਲੈਕ ਏ 2 ਆ ਰਹੀ ਆ ਹਾਂ ਬਲੈਕ ਏ 2 ਸਰ ਦੇ ਨਾਲ ਤੇ ਉਸ ਤੋਂ ਬਾਅਦ ਆਏਗੀ ਮਾਨ ਵਰਸਸ ਖਾਨ ਉਹ ਤਾਂ ਸ਼ੂਟ ਸ਼ੁਰੂ ਹੋਣਾ
ਲੰਡਨ ਦੇ ਵਿੱਚ ਬੀਨੂ ਜੀ ਦਾ ਸੋ ਉਹ ਸੁਪਰ ਕਾਮੇਡੀ ਹੈ ਸੱਚੀ ਜਿੰਨਾ ਤੁਸੀਂ ਫਿਲਮਾਂ ਕੀਤੀਆਂ ਨਾ ਬਾ ਕਮਾਲ ਕੀਤੀਆਂ ਇੱਕ ਡਿਫਰੈਂਟ ਜਿਹਾ ਕਨਸੈਪਟ ਹੁੰਦਾ ਸੀਗਾ ਤੁਸੀਂ ਬੇਸਿਕ ਫਿਲਮਾਂ ਬਹੁਤ ਘੱਟ ਕਰਦੇ ਹੋ ਪਰ ਜਿੰਨੀਆਂ ਕਰਦੇ ਹੋ ਕਮਾਲ ਦੀਆਂ ਕਰਦੇ ਹੋ ਕੀ ਤੁਹਾਡੇ ਰਹਿੰਦਾ ਤੁਹਾਡੇ ਮਾਈਂਡ ਦੇ ਵਿੱਚ ਇੱਕ ਚੰਗੀ ਕਹਾਣੀ ਹੈ ਕਿ ਤੁਸੀਂ ਚੰਗੀ ਹਾਂ ਮੇਰੇ ਸ਼ੁਰੂ ਤੋਂ ਹੀ ਮੈਂ ਕਦੀ ਕੁਆਂਟੀਟੀ ਨੂੰ ਤਰਜੀਹ ਨਹੀਂ ਦਿੱਤੀ ਹਮੇਸ਼ਾ ਮੈਨੂੰ ਹੁੰਦਾ ਕਿ ਕੁਆਲਿਟੀ ਔਰ ਜਿਹਦੇ ਨਾਲ ਮੈਂ ਸੰਤੁਸ਼ਟ ਹਾਂ ਔਰ ਮੇਰੇ ਦੇਖਣ ਵਾਲੇ ਬੋਰ ਨਾ ਹੋਣ ਕਿ ਸੇਮ ਚੀਜ਼ ਉਹੀ ਕਰਦੀ ਹੈ ਕਿ ਟੂ ਮੱਚ ਹੋ ਗਿਆ ਸਕਰੀਨ ਤੇ ਹੈਨਾ ਤੇ ਯਾ ਸੋ ਜਿੱਦਾਂ ਲਗਾਤਾਰ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਯਾਰ ਸੇਮ ਸੇਮ ਚੀਜ਼ਾਂ ਆ ਜਾਂਦੀਆਂ ਨੇ ਤੁਸੀਂ ਵੀ ਚੀਜ਼ ਫੀਲ ਕਰਦੇ ਹੋ ਕਿ ਦੇਖ ਕੇ ਹੁੰਦਾ ਵੀ ਯਾਰ ਕੀ ਪੰਜਾਬੀ ਸੰਤ ਨੂੰ ਲਗਾਤਾਰ ਉਹ ਵੀ ਚੀਜ਼ਾਂ ਰਿਪੀਟ ਹੋ ਰਹੀਆਂ ਨੇ ਸੁਣੀਦਾ ਆ ਇਹ ਸੁਣਨ ਚ ਆਉਂਦਾ ਕਿ ਉਹੀ ਆ ਤੇ ਯਾ ਵਾਹਿਗੁਰੂ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਚ ਰੱਖੀਏ ਤੇ ਇੱਕ ਵਾਰੀ ਆ ਕੇ ਤੁਸੀਂ ਜ਼ਰੂਰ ਪੀ ਸਲੂਨ ਜਿਹੜਾ ਨਾ ਖੋਲਿਆ ਮਨਦੀਪ ਸਰ ਨੇ ਇੱਥੇ ਆਪਣਾ ਵਿਜ਼ਿਟ ਜ਼ਰੂਰ ਪੇ ਕਰਿਓ ਐਂਡ ਆਈ ਐਮ ਸ਼ੋਰ ਤੁਸੀਂ ਇਹਨਾਂ ਦੀਆਂ ਸਰਵਿਸਿਜ਼ ਇੰਜੋਏ ਕਰੋਗੇ ਕਿਉਂਕਿ ਬਹੁਤ ਹੀ ਨਾਈਸ ਔਰ ਪੋਲਾਈਟ ਸਟਾਫ ਹੈਗਾ ਇਹਨਾਂ ਦਾ ਔਰ ਆਪ ਵੀ ਬਹੁਤ ਨਾਈਸ ਨੇ ਤੋ ਇੱਕ ਵਾਰੀ ਬਣਦਾ ਆ ਤੁਹਾਡਾ ਆਉਣਾ ਕਿਆ ਬਾਤ ਹੈ ਥੈਂਕ ਯੂ ਸੋ ਮਚ ਬਹੁਤ ਖੂਬਸੂਰਤ ਜੀ ਕੁੜੀ ਨੇ ਬਹੁਤ ਪਿਆਰੀਆਂ ਜੀ ਗੱਲਾਂ ਕੀਤੀਆਂ ਨੇ ਤੁਸੀਂ ਮੇਰੇ ਲਈ ਕੁਝ ਸ਼ਬਦ ਰੇਖ ਲਈ ਕਿਹੜੇ ਹੁਣ ਤਾਂ ਤੁਸੀਂ ਬਾਅਦ ਚ ਮਾਨਤਾ ਰੱਖਿਓ ਇੰਟਰਵਿਊ ਦੀ ਸਟਾਰਟਿੰਗ ਜਿਸ ਲਈ ਕਰੀ ਹੋਈ ਤਾਂ ਕਿ ਐਂਡ ਤੇ ਮੇਰੀ ਤਰੀਕ ਹੋ ਜਾਏ ਹਨਾ ਮੈਂ ਤੇ ਤੁਹਾਨੂੰ ਦੁਆਵਾਂ ਹੀ ਦੇ ਸਕਦੀ ਹਾਂ ਕਿ ਵਾਹਿਗੁਰੂ ਤੁਹਾਨੂੰ ਤੁਹਾਡੀ ਫੀਲਡ ਦੇ ਵਿੱਚ ਯੂ ਨੋ ਕਾਮਯਾਬੀਆਂ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤੁਹਾਡੇ ਚੈਨਲ ਵਾਲਿਆਂ ਨੂੰ ਸਾਰਿਆਂ ਨੂੰ ਮੀਡੀਆ ਵਾਲਿਆਂ ਨੂੰ ਕਿਤੇ ਨਾਰਾਜ਼ ਨਾ ਹੋ ਜਾਣ ਬਾਕੀ ਕੀ ਸਾਨੂੰ ਨਹੀਂ ਦਿੱਤੀਆਂ ਤੋ ਸਾਰੇ ਖੁਸ਼ ਹੋ ਥੈਂਕ ਯੂ ਸੋ ਮਚ ਥੈਂਕ ਯੂ